ਸ਼ਹੀਦਾਂ ਦੇ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਦੇ ਜੀਵਨ ਕਿਹੋ ਸੀ ਉਹਦੇ ਵਿੱਚ ਵਿਚਾਰ ਕਰਦੇ ਹਾਂ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ, ਸਿਆਣੇ ਕਹਿੰਦੇ ਆ ਉਹੀ ਕੌਮਾਂ ਅੱਗੇ ਵੱਧਦੀਆਂ। ਅੱਜ ਆਪਾਂ ਸ਼ਹੀਦ ਕਰਨੈਲ ਸਿੰਘ ਇਸਰੂ ਜੀ ਦੀ ਸ਼ਹਾਦਤ ਬਾਰੇ ਵਿਚਾਰਾਂ ਕੀਤੀਆਂ, ਉਹਨਾਂ ਦੀ ਕੁਰਬਾਨੀ ਬਾਰੇ, ਜੀਵਨ ਬਾਰੇ ਗੱਲਾਂ ਕੀਤੀਆਂ, ਸ਼ਹੀਦ ਭੁਪਿੰਦਰ ਸਿੰਘ ਇਸਰੂ ਜੀ ਦੀ ਕੁਰਬਾਨੀਆਂ ਬਾਰੇ ਜ਼ਿਕਰ ਕੀਤਾ। ਮੁੱਖ ਮੰਤਰੀ ਬਾਦਲ ਸਾਹਿਬ ਦੀ ਸੋਚ ਹੀ ਆ ਸੀ ਕਿ ਆਪਣੇ ਸ਼ਹੀਦਾਂ ਦੀ ਜਿਹੜਾ ਵਿਰਸਾ ਹੈ ਉਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਸਿੱਖ ਕੌਮ ਇੱਕ ਸ਼ਹੀਦਾਂ ਦੀ ਕੌਮ ਹੈ। ਜਿਸ ਕੌਮ ਦੇ ਗੁਰੂ ਸਾਹਿਬਾਨ ਨੇ ਆਪ ਸ਼ਹਾਦਤ ਦਿੱਤੀ ਹੋਏ, ਆਪਾਂ ਉਹਨਾਂ ਗੁਰੂਆਂ ਦੇ ਬੱਚੇ ਹਾਂ ਜਿਨ੍ਹਾਂ ਨੇ ਆਪਣੇ ਬੱਚੇ ਵਾਰ ਦਿੱਤੇ, ਆਪਾਂ ਉਹਨਾਂ ਗੁਰੂਆਂ ਦੇ ਬੱਚੇ ਹਾਂ ਜਿਨ੍ਹਾਂ ਗੁਰੂਆਂ ਨੇ ਆਪਣੇ ਆਪ ਨੂੰ ਵਾਰ ਦਿੱਤਾ ਦੂਜੇ ਧਰਮਾਂ ਨੂੰ ਪਹੁੰਚਾਉਣ ਵਾਸਤੇ। ਇਹ ਤੋਂ ਵੱਡਾ ਇਤਿਹਾਸ ਕੀ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਤੁਸੀਂ ਦੇਖੋ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ, ਭਾਵੇਂ ਕਾਂਗਰਸ ਪਾਰਟੀ ਦਾ ਨਾਂ ਹੁੰਦਾ ਕਿ ਆਜ਼ਾਦੀ ਵਿੱਚ ਗਾਂਧੀ ਨੇ, ਨਹਿਰੂ ਨੇ, ਉਹਨਾਂ ਨੇ ਬੜੀ ਕੁਰਬਾਨੀਆਂ ਕੀਤੀਆਂ, ਪਰ ਕਿ ਕਾਂਗਰਸ ਪਾਰਟੀ ਨੂੰ ਕਿਤੇ ਵੀ ਸ਼ਹੀਦਾਂ ਦੀ ਜਥੇਬੰਦੀ ਨਹੀਂ ਕਿਹਾ ਜਾਂਦਾ। ਜੇ ਹਿੰਦੁਸਤਾਨ ਦੁਨੀਆ ਵਿੱਚ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਰਸਾ ਹੈ, ਕੁਰਬਾਨੀ ਭਰਿਆ ਵਿਰਸਾ ਹੈ, ਇਹ ਜਿਹੀਆਂ ਸ਼ਹੀਦਾਂ ਸ਼ਹਾਦਤਾਂ ਦਾ ਵਿਰਸਾ ਹੈ, ਇਹ ਜਿਹੀਆਂ ਕੁਰਬਾਨੀਆਂ ਦਾ ਵਿਰਸਾ ਹੈ ਜਿਹਦੀ ਮਿਸਾਲ ਕੋਈ ਵੀ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ। ਮੇਰੇ ਪਿਤਾ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਉਹਨੇ ਮਨ ਬਣਾ ਲਿਆ ਕਿ ਜਿਹੜਾ ਆਪਣਾ ਸਿੱਖ ਕੌਮ ਦਾ ਵਿਰਸਾ ਹੈ, ਕੁਰਬਾਨੀ ਭਰਿਆ ਵਿਰਸਾ ਹੈ, ਉਸ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ। ਤੁਸੀਂ ਹਿੰਦੁਸਤਾਨ 'ਚ ਕਿਸੇ ਵੀ ਸੂਬੇ ਚਲੇ ਜਾਓ, ਕਿਸੇ ਸੂਬੇ ਦੀ ਸਰਕਾਰ ਨੇ ਆਪਣੀ ਸੂਬੇ ਦਾ ਵਿਰਸਾ ਨਹੀਂ ਸੰਭਾਲਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਿੱਖ ਕੌਮ ਦੇ ਪੰਜਾਬ ਦਾ ਵਿਰਸਾ ਸੰਭਾਲਿਆ। ਆਹੀ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਅਤੇ ਦੂਜੀਆਂ ਪਾਰਟੀਆਂ ਵਿੱਚ। ਤੁਸੀਂ ਦੇਖੋ ਬਾਦਲ ਸਾਹਿਬ ਮੁੱਖ ਮੰਤਰੀ ਬਣੇ, ਵਿਰਾਸਤ ਏ ਖਾਲਸਾ ਬਣਾਇਆ। ਵਿਰਾਸਤ ਏ ਖਾਲਸਾ 500 ਕਰੋੜ ਰੁਪਏ ਲਾ ਕੇ ਵਿਰਾਸਤ ਏ ਖਾਲਸਾ ਬਣਾਇਆ। ਅੱਜ ਜਿਹੜੇ ਦੁਨੀਆ ਦੇ ਕੋਨੇ ਕੋਨੇ ਤੋਂ ਸੰਗਤਾਂ ਆਉਂਦੀਆਂ, ਪਰਿਵਾਰ ਆਉਂਦੇ, ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰ ਜਾਂਦੇ ਆ ਆਨੰਦਪੁਰ ਸਾਹਿਬ, ਦਿਖਾਉਂਦੇ ਹੈ ਕਿ ਆਪਣਾ ਇਤਿਹਾਸ ਕੀ ਹੈ, ਕਿਹੋ ਜਿਹੀਆਂ ਕੁਰਬਾਨੀਆਂ ਹੋਈਆਂ, ਕਿਹੋ ਜਿਹੇ ਆਪਣੇ 'ਤੇ ਜ਼ੁਲਮ ਹੋਏ, ਕਿਵੇਂ ਆਪਣੇ ਬਹਾਦਰ ਸੂਰਮਿਆਂ ਨੇ ਮਕਦੂਮ ਦਾ ਮੁਕਾਬਲਾ ਕੀਤਾ। ਸਾਰਾ ਵਿਰਸਾ ਇੱਕ ਜਗ੍ਹਾ ਸੰਭਾਲ ਕੇ ਰੱਖ ਲਿਆ। ਬਾਦਲ ਸਾਹਿਬ ਨੇ ਛੋਟੇ ਘੱਲੂਘਰਾਂ ਦੀ ਯਾਦਗਾਰ ਬਣਾਈ। ਜੇ ਨਾ ਬਣਾਉਂਦੇ ਛੋਟੇ ਘੱਲੂਘਰਾਂ ਦੀ ਗੁਰਦਾਸਪੁਰ ਯਾਦਗਾਰ, ਵੱਡੇ ਘੱਲੂਘਰਾਂ ਦੀ ਯਾਦਗਾਰ, ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਸੀ, ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਕਿੰਨੀਆਂ ਕੁਰਬਾਨੀਆਂ। ਵੱਡਾ ਘੱਲੂਘਰ ਆ ਜਿੱਥੇ 35,000 ਸਿੰਘ ਸਿੰਘਣੀਆਂ ਨੂੰ ਇੱਕ ਜਗ੍ਹਾ ਸ਼ਹੀਦ ਕੀਤਾ ਹੋਇਆ, ਆਪਣੇ ਨਵੇਂ ਪੀੜ੍ਹੀ ਦੇ ਬੱਚਿਆਂ ਨੂੰ ਯਾਦ ਹੀ ਨਹੀਂ ਸੀ, ਪਤਾ ਹੀ ਨਹੀਂ ਸੀ। ਪਰ ਯਾਦਗਾਰਾਂ ਬਣਨ ਨਾਲ ਅੱਜ ਪੰਜਾਬ ਦੇ ਸਕੂਲ ਦੇ ਬੱਚੇ ਇਹਨਾਂ ਜਗ੍ਹਾ 'ਤੇ ਜਾਂਦੇ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ 'ਤੇ ਜਾਂਦੇ ਹੈ। ਤੁਸੀਂ ਜਾ ਕੇ ਦੇਖੋ ਦਰਬਾਰ ਸਾਹਿਬ, ਦਰਬਾਰ ਸਾਹਿਬ ਦੇ ਬਾਹਰ ਪਹਿਲੇ ਆਪਾਂ ਜਾਂਦੇ ਹੁੰਦੇ ਸੀ, ਗਲੀਆਂ ਭੀੜੀਆਂ ਸੀ, ਉੱਥੇ ਟ੍ਰੈਫਿਕ ਇੰਨਾ ਸੀ, ਬੁਰਾ ਹਾਲ ਸੀ। ਆਹ ਤਾਂ ਤੁਹਾਡੀ ਸਰਕਾਰ ਹੈ ਜਿਹਨੇ ਕਰੋੜਾਂ ਰੁਪਏ ਲਾ ਕੇ ਇੰਨਾ ਖੂਬਸੂਰਤ ਬਣਾ ਦਿੱਤਾ, ਸਾਨੂੰ ਕਿਸੇ ਨੇ ਮੰਗ ਨਹੀਂ ਕੀਤੀ। ਆਹ ਤਾਂ ਅਸੀਂ ਸਾਡੇ ਬਾਦਲ ਸਾਹਿਬ ਦੇ ਮਨ 'ਚ
ਸ਼ਰਧਾ ਤੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਇੰਨੀ ਹੋਈ, ਪਰਮਾਤਮਾ ਦੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਕਿ ਪਰਮਾਤਮਾ ਨੇ ਮੌਕਾ ਦਿੱਤਾ, ਤੁਸੀਂ ਮੌਕਾ ਦਿੱਤਾ, ਪੰਥ ਦੀ ਸਰਕਾਰ ਲਿਆਉਂਦੀ ਤੇ ਪੰਥ ਦੀ ਸਰਕਾਰ ਨੇ ਆ ਸੇਵਾ ਲਿੱਤੀ ਤੇ ਅਸੀਂ ਕੋਸ਼ਿਸ਼ ਕਰਕੇ ਸੇਵਾ ਪੂਰੀ ਕੀਤੀ। ਹੁਣ ਉਹੀ ਸਰਕਾਰ ਜਿਹੜੀ ਇਹ ਕੌਮ ਦਾ ਵਿਰਸਾ ਸੰਭਾਲਦੀ ਹੈ, ਉਹੀ ਸਰਕਾਰ ਜਿਹੜੇ ਹਿੰਦੁਸਤਾਨ 'ਚ ਦੁਨੀਆ 'ਚ ਜਿੱਥੇ ਵੀ ਕੋਈ ਸਿੱਖ ਭੈਣ ਭਰਾ ਵੱਜਦਾ ਜੇ ਉਹਨੂੰ ਕੁਛ ਹੋ ਜਾਏ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਬਾਂਹ ਫੜਦੀ ਹੈ ਤੇ ਉਹਦੀ ਲੜਾਈ ਲੜਦੀ ਹੈ, ਤੇ ਉਸੇ ਪਾਰਟੀ ਨੂੰ ਕਾਂਗਰਸੀ ਤੇ ਅੱਜ ਟੋਪੀ ਵਾਲੇ ਆਪ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਇਹਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ 'ਤੇ ਕਰਾਈ, ਸਰਕਾਰ ਨੇ ਕਰਾਈ। ਇਹ ਜੀ ਵੱਡੀ ਸਾਜਿਸ਼, ਉਹ ਲੋਕ, ਉਹ ਕਾਂਗਰਸ ਪਾਰਟੀ ਜਿਹਨੇ ਟੈਂਕਾਂ ਤੋਪਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਉਹ ਬੇਅਦਬੀ ਦੀ ਗੱਲ ਕਰਦੇ ਆ। ਜਿਨ੍ਹਾਂ ਉਹਨਾਂ ਨੇ ਗੋਲੀਆਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਾਤੀ ਦੇ ਵਿੱਚ, ਉਹ ਬੇਅਦਬੀ ਦੀ ਗੱਲ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਦੀ ਜਾਨ ਜਾ ਸਕਦੀ ਹੈ, ਕੋਈ ਸਾਡੀ ਕੋਈ ਇੱਕ ਇਹੋ ਜਿਹੀ ਸੋਚ ਨਹੀਂ ਹੋ ਸਕਦੀ। ਆਹ ਸੋਚ ਉਹਨਾਂ ਦੀ ਹੈ ਜਿਨ੍ਹਾਂ ਦੇ ਮਨ 'ਚੋਂ ਦਰਦ ਨਹੀਂ, ਗੁਰੂ ਸਾਹਿਬਾਨ ਦਾ ਸਤਿਕਾਰ ਨਹੀਂ, ਜਿਹੜੇ ਟੈਂਕ ਭੇਜ ਸਕਦੇ ਹੈ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਸਤਿਕਾਰ ਨਹੀਂ ਉਸ ਪਵਿੱਤਰ ਜਗ੍ਹਾ ਦਾ, ਜਿਹੜੇ ਗਾਂਧੀ ਪਰਿਵਾਰ ਦੇ ਬਗੈਰ ਹੁਕਮ 'ਤੇ ਇੱਕ ਕੁਰਸੀ 'ਤੇ ਨਹੀਂ ਬਹਿ ਸਕਦੇ, ਉਹਨਾਂ ਨੂੰ ਸਤਿਕਾਰ ਨਹੀਂ, ਉਹਨਾਂ ਨੂੰ ਪਿਆਰ ਨਹੀਂ ਤੁਹਾਡੇ ਨਾਲ। ਆਈ ਜਿਹੜੇ ਅੱਜ ਖਹਿਰਾ ਸਾਹਿਬ ਹੈ ਅਤੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਨੇ ਜਿਹਨੂੰ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਤੁਸੀਂ ਜਾਣਦੇ ਹੋ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ 'ਤੇ ਉਹਨਾਂ ਨੇ ਝਾੜੂ ਲਾ ਦਿੱਤਾ ਅਤੇ ਹੋਰ ਕਈ ਉਹਨਾਂ ਨੇ ਕੀਤੀਆਂ। ਉਦੋਂ ਤਾਂ ਕਹਿੰਦੇ ਸੀ ਇੱਕ ਦੂਜੇ ਨੂੰ ਕਿ ਕੇਜਰੀਵਾਲ ਸਹੀ ਹੈ, ਅਤੇ ਮੈਂ ਹੁਣ ਖਹਿਰਾ ਸਾਹਿਬ ਦਾ ਬਿਆਨ ਸੁਣਿਆ, ਕਹਿੰਦਾ ਕੇਜਰੀਵਾਲ ਨੂੰ ਸਿੱਖ ਇਤਿਹਾਸ ਬਾਰੇ ਕੋਈ ਜਾਣੂ ਨਹੀਂ, ਉਹਨੇ ਸਿੱਖਾਂ ਦੀ ਬੇਅਦਬੀ ਵੀ ਕੀਤੀ, ਸਿੱਖ ਇਤਿਹਾਸ ਦੀ ਬੇਅਦਬੀ ਕੀਤੀ, ਹੁਣ ਖਹਿਰਾ ਸਾਹਿਬ ਬੋਲਦੇ ਆ। ਜਦੋਂ ਅਸੀਂ ਕਹਿੰਦੇ ਸੀ ਕਿ ਇਹਨਾਂ ਨੇ ਪੈਸੇ ਲੈ ਕੇ ਟਿਕਟਾਂ ਵੇਚਦੇ ਆ, ਉਦੋਂ ਸਾਰੇ ਜਿੰਨੇ ਟੋਪੀ ਵਾਲੇ ਆ ਭਗਵੰਤ ਮਾਨ ਆ ਖਹਿਰਾ, ਉਦੋਂ ਕਹਿੰਦੇ ਸੀ ਨਹੀਂ ਸਭ ਤੋਂ ਇਮਾਨਦਾਰ ਕੇਜਰੀਵਾਲ ਹੈ, ਅਤੇ ਹੁਣ ਖਹਿਰਾ ਸਾਹਿਬ ਕਿਵੇਂ ਕਹਿੰਦੇ ਆ ਕਿ ਹੁਣ ਟਿਕਟਾਂ ਵੇਚਦੇ। ਖਾਲਸਾ ਜੀ, ਭੈਣੋ ਭਰਾਵੋ, ਆਪਣੇ ਆਪਣੇ ਹੀ ਹੁੰਦੇ। ਜੇ ਤੁਸੀਂ ਕੋਈ ਚੀਜ਼ ਲੈਣਾ ਚਾਹੋ, ਤੁਸੀਂ ਪਿਛੋਕੜ ਚੀਜ਼ ਦੇਖਦੇ ਆ ਕਿ ਇਸ ਚੀਜ਼ ਦਾ ਪਿਛੋਕੜ ਕੀ ਹੈ, ਕੀ ਕ੍ਰੈਡੀਬਿਲਟੀ ਹੈ। ਆਹ ਜਿਹੜੇ ਨਵੀਆਂ ਨਵੀਆਂ ਪਾਰਟੀਆਂ ਆਉਂਦੀਆਂ, ਨਿਸ਼ਾਨਾ ਉਹੀ ਹੈ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਗੁੰਮਰਾਹ ਕਰੀਏ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ, 97 ਸਾਲ ਪੁਰਾਣੀ ਪਾਰਟੀ ਹੈ, 3 ਸਾਲ ਬਾਅਦ 100 ਸਾਲ ਪੁਰਾਣੀ ਹੋ ਜਾਣੋ। ਤੁਹਾਨੂੰ ਪਤਾ ਹੈ ਕਿ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕੀ ਹੈ, ਲੀਡਰਸ਼ਿਪ ਦੀ ਸੋਚ ਕੀ ਹੈ। ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਆਇਆ, ਤੁਸੀਂ ਦੇਖਿਆ ਪੰਜਾਬ ਵਿੱਚ ਤਰੱਕੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਦੌਰਾਨ ਬਾਦਲ ਸਾਹਿਬ ਦੀ ਸੋਚ ਇੱਕੋ ਇੱਕ ਹੈ ਕਿ ਅਮਨ ਸ਼ਾਂਤੀ ਪੰਜਾਬ 'ਚ ਰਹੇ, ਭਾਈਚਾਰਕ ਸਾਂਝ ਪੰਜਾਬ 'ਚ ਰਹੇ, ਜੇ ਪੰਜਾਬ ਤਰੱਕੀ ਦੀ ਬੁਲੰਦੀਆਂ 'ਚ ਰਹੇ। ਅੱਜ 1.5 ਸਾਲ ਹੋ ਗਿਆ, ਸਾਰੀਆਂ ਕਾਂਗਰਸ ਦੇ ਟੋਪੀ ਵਾਲੇ ਨੇ ਤੁਹਾਡੀ ਪਾਰਟੀ ਦੇ ਖਿਲਾਫ 2 ਸਾਲ ਪਹਿਲੇ ਇਲੈਕਸ਼ਨ ਤੋਂ ਪਹਿਲੇ ਇੰਨਾ ਝੂਠਾ ਪ੍ਰਚਾਰ ਕੀਤਾ, ਇੰਨਾ ਝੂਠਾ ਪ੍ਰਚਾਰ ਕੀਤਾ। ਸਿਆਣੇ ਕਹਿੰਦੇ ਆ ਕਿ ਤੁਸੀਂ 1000 ਵਾਰ ਕੋਈ ਝੂਠ ਬੋਲੋ, ਸੱਚ ਲੱਗਣ ਲੱਗ ਜਾਂਦਾ। ਆਈ ਗੱਲ ਆਪਣੇ ਨਾਲ ਹੋਈ, 24 ਘੰਟੇ ਅਖਬਾਰ ਵਾਲੇ ਨਾਲ ਲੱਗ ਗਏ ਸੀ, ਉਦੋਂ ਕਹਿਣ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਨਸ਼ਾ ਫੈਲਾ ਲਿੱਤਾ, ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਨਸ਼ੇੜੀ ਬਣਾ ਦਿੱਤਾ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ, 1.5 ਸਾਲ ਹੋ ਗਿਆ ਤੁਹਾਡੀ ਸਰਕਾਰ ਬਣੇ ਨੂੰ, ਹੁਣ ਪੁਲਿਸ ਤੁਹਾਡੀ ਹੈ, ਸਾਰੀ ਸਰਕਾਰ ਦੀ ਤਾਕਤ ਤੁਹਾਡੀ ਹੈ, ਤੁਸੀਂ ਕੁਛ ਮਰਜ਼ੀ ਪਤਾ ਕਰਾ ਸਕਦੇ ਹੋ ਕਿਹਨੇ ਕੀ ਕੀਤਾ। ਦੱਸੋ ਇੱਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਨਾਂ ਆਇਆ, ਜਾਂ ਤੁਸੀਂ ਕੋਈ ਫੜਿਆ? ਉਦੋਂ ਤਾਂ ਇਕੱਲੇ ਝੂਠ ਬੋਲਿਆ ਸੀ ਇਹਨਾਂ ਨੇ,
ਜਿਵੇਂ ਬੇਅਦਬੀ ਦੀ ਗੱਲ ਕੀਤੀ ਝੂਠ ਬੋਲਿਆ, ਉਵੇਂ ਨਸ਼ਿਆਂ ਦੀ ਗੱਲ ਕੀਤੀ। ਅੱਜ ਲੋਕ ਕਿੰਨੇ ਕਿੰਨੇ ਨਸ਼ਿਆਂ ਨਾਲ ਮਰ ਰਹੇ ਹੈ, ਅਤੇ ਹੁਣ ਕਹਿੰਦੇ ਹੈ ਕਿ ਅਸੀਂ ਲੱਕ ਤੋੜ ਦਿੱਤਾ ਨਸ਼ਾ। ਕੋਈ ਮੁੱਖ ਮੰਤਰੀ ਮੁੱਖ ਮੰਤਰੀ ਹੈ ਪੰਜਾਬ ਦਾ? ਮੇਰੇ ਪਿਤਾ ਬਾਦਲ ਸਾਹਿਬ ਦੀ 90 ਸਾਲ ਦੀ ਉਮਰ ਹੈ, ਕਿਸੇ ਸ਼ਹੀਦੀ ਕਾਨਫਰੰਸ ਚ ਇੱਕ ਵਾਰ ਵੀ ਉਹਨਾਂ ਨੇ ਮਿਸ ਨਹੀਂ ਕੀਤੀ ਸ਼ਹੀਦੀ ਕਾਨਫਰੰਸ, ਇੱਕ ਵਾਰ ਵੀ। ਹਰ ਵਾਰ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਗਏ ਇਸ ਪਵਿੱਤਰ ਧਰਤੀ ਦੇ, ਹਰ ਵਾਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਉਂਦੇ ਸੀ। ਆ 1.5 ਸਾਲ ਹੋ ਗਿਆ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਬਣੇ ਨੂੰ। ਭਗਤ ਸਿੰਘ ਜੀ ਦਾ ਸ਼ੁਭ ਦਿਹਾੜਾ ਸੀ, ਨਹੀਂ ਗਏ। ਇਸਰੋ ਕਾਨਫਰੰਸ, ਨਹੀਂ ਗਏ। ਤੁਸੀਂ ਹੋਰ ਤਾਂ ਹੋਰ ਛੱਡੋ, ਜਦੋਂ ਮੁੱਖ ਮੰਤਰੀ ਬਣਦਾ ਪੰਜਾਬ ਦਾ, ਜਾਂ ਕੋਈ ਹਾਈ ਕੋਰਟ ਸੁਪਰੀਮ ਕੋਰਟ ਦਾ ਜੱਜ ਬਣਦਾ, ਜਾਂ ਤੁਹਾਡੇ ਘਰੇ ਕੋਈ ਖੁਸ਼ੀ ਆਉਂਦੀ ਹੈ, ਸਭ ਤੋਂ ਪਹਿਲੇ ਕੰਮ ਕਰਦੇ ਹੋ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਵਾਸਤੇ, ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਸਤੇ ਜਾਂਦੇ ਹੋ। ਆਪਣਾ ਮੁੱਖ ਮੰਤਰੀ ਕੈਪਟਨ ਸਾਹਿਬ ਬਣੇ, ਮੁੱਖ ਮੰਤਰੀ ਬਣਦੇ 4-5-6 ਮਹੀਨੇ ਟੱਪ ਗਏ, ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਗਏ। ਜਿੱਥੋਂ ਉਹ ਆਪ MP ਵੀ ਬਣੇ ਉੱਥੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ, ਪਰ ਮੱਥਾ ਟੇਕਣ ਨਹੀਂ ਗਏ। ਜਦੋਂ ਉਹਨਾਂ ਦੀ ਪਾਰਟੀ ਦੇ ਲੋਕ ਸਾਰੇ ਨੇ ਕਹਿਣ ਲੱਗੇ ਕਿ ਯਾਰ ਘੱਟ ਮੁੱਖ ਮੰਤਰੀ ਬਣਿਆ, ਗੁਰੂ ਦਾ ਸ਼ੁਕਰਾਨਾ ਤਾਂ ਕਰਿਆ। ਆਹ ਮੁੱਖ ਮੰਤਰੀ ਕੋਈ ਐ ਨਹੀਂ ਬਣਦਾ, ਪਰਮਾਤਮਾ ਦੀ ਬਖਸ਼ਿਸ਼ ਹੋਏ, ਜਿਨ੍ਹਾਂ 'ਤੇ ਪਰਮਾਤਮਾ ਦੀ ਬਖਸ਼ਿਸ਼ ਹੈ ਉਹ ਹੀ ਬਣ ਸਕਦੇ ਹੈ। ਉਹ ਪਰਮਾਤਮਾ ਹੀ ਜ਼ਿੰਮੇਵਾਰੀ ਦਿੰਦੀ ਹੈ, ਅਤੇ ਪਰਮਾਤਮਾ ਦਾ ਜਿਹੜਾ ਬੰਦਾ, ਜਿਹੜੇ ਪਰਮਾਤਮਾ ਇੰਨੀ ਬਖਸ਼ਿਸ਼ ਕਰਦੇ ਤੁਸੀਂ ਸ਼ੁਕਰਾਨਾ ਨਾ ਕਰੋ, ਉਦੋਂ ਉਹਦੇ ਇਨਸਾਨ ਬਾਰੇ ਮੈਂ ਦੱਸੋ ਕੀ ਕਹਿ ਸਕਦਾ। ਅੱਜ 1.5 ਸਾਲ ਹੋਇਆ ਕਿਤੇ ਮੁੱਖ ਮੰਤਰੀ ਦਿਖਾਈ ਦਿੱਤਾ ਬਾਦਲ ਸਾਹਿਬ? ਮੈਨੂੰ ਲੱਗਦਾ ਕੋਈ ਪਿੰਡ ਨਹੀਂ, ਸ਼ਹਿਰ ਨਹੀਂ, ਮੰਡੀ ਨਹੀਂ ਜਿੱਥੇ ਬਾਦਲ ਸਾਹਿਬ ਆਪ ਨਾ ਜਾਂਦੇ ਹੋਣ। ਤੁਹਾਡੇ ਦੇਖੋ ਕਿੰਨੀ ਵਾਰ ਤੁਹਾਡੇ ਹਲਕੇ 'ਚ ਤੁਹਾਡੇ 'ਚ ਬਹਿੰਦੇ ਸੀ, ਤੁਸੀਂ ਕਹਿੰਦੇ ਸੀ ਸਾਨੂੰ ਆਹ ਚਾਹੀਦਾ 5 ਕਰੋੜ, ਤੁਸੀਂ 5 ਕਰੋੜ ਮੰਗਦੇ ਸੀ, ਬਾਦਲ ਸਾਹਿਬ 20 ਕਰੋੜ ਦੇ ਕੇ ਜਾਂਦੇ ਸੀ। ਅੱਜ 1.5 ਸਾਲ ਹੋ ਗਿਆ, ਅੱਜ 1.5 ਸਾਲ ਹੋ ਗਿਆ, ਇੱਕ ਦੁਆਨੀ ਇੱਕ ਕਰਨੀ ਆਈ, ਦੇਣਾ ਕੀ ਸੀ, ਖੋਹ ਲਿਆ ਸਾਰਾ ਕੁਛ। ਅੱਜ ਮੈਂ ਹੈਰਾਨ ਰਹਿ ਗਿਆ, ਅੱਜ ਦਾ ਅਖਬਾਰ ਮੈਂ ਕਿੱਥੇ ਹੈਗਾ, ਮੈਂ ਅੱਜ ਦਾ ਅਖਬਾਰ ਮੈਂ ਕੈਪਟਨ ਸਾਹਿਬ ਨੇ ਆਹ ਦੇਖੋ ਇਸ਼ਤਿਹਾਰ ਕੱਢਿਆ, ਅੱਜ ਕੈਪਟਨ ਸਾਹਿਬ ਦੀ ਫੋਟੋ 'ਤੇ ਇੱਕ ਇਸ਼ਤਿਹਾਰ ਕੱਢਿਆ ਅੱਜ, ਅਤੇ ਮੈਂ ਕਿਹਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ, ਐਡੇ ਝੂਠੇ ਤੁਸੀਂ ਘੱਟ ਹੁਣ ਤਾਂ ਨਾ ਝੂਠ ਬੋਲੋ, ਇਸ਼ਤਿਹਾਰ ਕੀ ਕੱਢਿਆ? ਸਾਰੇ ਅਖਬਾਰਾਂ 'ਚ ਮੈਨੂੰ ਲੱਗਦਾ ਘੱਟ ਤੋਂ ਘੱਟ 2 ਕਰੋੜ ਰੁਪਇਆ ਦੇ ਇਸ਼ਤਿਹਾਰ ਹੋਣੇ ਆ ਸਾਰੇ ਅਖਬਾਰਾਂ 'ਚ ਲਿਖਿਆ ਕਿ ਕੈਪਟਨ ਸਾਹਿਬ ਨੇ ਕਿਹਾ ਮੇਰੀ 1.5 ਸਾਲ ਦੀਆਂ ਪ੍ਰਾਪਤੀਆਂ। ਦੇਖੋ ਕੀ ਲਿਖਦੇ ਆ, ਕਹਿੰਦਾ ਨਸ਼ਾ ਖਤਮ ਕਰਤਾ ਪੰਜਾਬ 'ਚ, ਪਹਿਲੀ ਪ੍ਰਾਪਤੀ ਆ ਦੱਸ ਰਹੇ ਆ ਆਹ ਅਖਬਾਰ ਦੇ ਵਿੱਚ। ਫਿਰ ਦੂਜੀ ਪ੍ਰਾਪਤੀ, ਕਹਿੰਦਾ ਮੈਂ 1,80,000 ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ, 1,80,000 ਨੌਜਵਾਨਾਂ ਨੂੰ ਆਹ ਅਖਬਾਰ 'ਤੇ ਇਸ਼ਤਿਹਾਰ ਕੱਢ ਰਹੇ ਆ, ਸ਼ਰਮ ਕਰਨ। ਫਿਰ ਕਹਿੰਦੇ ਆ ਸਾਰੇ ਕਿਸਾਨਾਂ ਦਾ ਮੈਂ ਕਰਜ਼ਾ ਮਾਫ ਕਰਦਾ, ਆਹ ਦੇਖ ਲਓ ਇਸ਼ਤਿਹਾਰ 'ਤੇ ਕਹੀ ਜਾਂਦੇ ਆ। ਕਹਿੰਦੇ ਸਾਰੇ ਮੈਂ ਪਤਾ ਨਹੀਂ 200 ਹਸਪਤਾਲ ਖੋਲ੍ਹ ਦਿੱਤੇ, ਹੁਣ ਪੰਜਾਬ 'ਚ ਕੋਈ ਕਿਸੇ ਬਿਮਾਰੀ ਨਹੀਂ, ਸਾਰੇ ਫਿੱਟ ਹੋ ਗਏ ਸਾਰੇ, ਮੈਂ ਕਿਹਾ ਵਾਹ। ਫਿਰ ਕਹਿੰਦੇ ਜਿਹੜੇ ਗਰੀਬ ਹੈ ਮੈਂ ਉਹਨਾਂ ਨੂੰ ਸਾਰਿਆਂ ਜੋ ਵਾਅਦੇ ਕੀਤੇ ਸੀ ਪੂਰੇ ਕਰਤੇ, ਪੈਨਸ਼ਨ ਪੂਰੀ ਕਰਤੀ, ਸਾਰਾ ਕੁਝ ਪੂਰਾ ਕਰਤਾ ਯਾਰ। ਫਿਰ ਕਹਿੰਦੇ ਕਿ 2 ਲੱਖ ਮੈਂ ਇੰਨੇ ਸਕੂਲ ਨਵੇਂ ਖੋਲ੍ਹਤੇ ਕਿ 2 ਲੱਖ ਨਵੇਂ ਬੱਚੇ ਪਰ ਸਕੂਲਾਂ 'ਚ ਭਰਤੀ ਲੋਕੇ, ਮੈਂ ਕਿਹਾ ਨਵੇਂ ਬੱਚੇ ਯਾਰ, ਜੇ ਹੁਣ ਇਸ਼ਤਿਹਾਰ ਦੇਣਾ ਆਜ਼ਾਦੀ ਦੇ ਮੌਕੇ 'ਤੇ ਮੁੱਖ ਮੰਤਰੀ ਦੀ ਫੋਟੋ ਲਾ ਕੇ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਯਾਰ, ਲੋਕ ਇੰਨੇ ਪਏ ਐਡੇ ਝੂਠੇ ਬੰਦੇ ਆ, ਜਿਵੇਂ ਵਿਕਰਮ ਨੇ ਹੁਣ ਦੱਸਿਆ ਕਿੰਨਾ ਝੂਠ ਬੋਲਿਆ। ਤੁਸੀਂ ਦੇਖ ਲਓ ਬਾਦਲ ਸਾਹਿਬ ਜਦੋਂ ਇਲੈਕਸ਼ਨ ਆਇਆ ਨਾ, ਮੇਰੇ ਪਿਤਾ ਜੀ ਸਾਡੀ ਪਾਰਟੀ ਦੀ ਹਾਈ ਕਮਾਂਡ ਬੈਠੀ ਅਤੇ ਅਸੀਂ ਗੱਲਾਂ ਕਰ ਰਹੇ ਸੀ ਕਿ ਸਾਨੂੰ ਕੀ ਵਾਅਦੇ ਕਰਨੇ ਚਾਹੀਦੇ ਹੈ। ਮੇਰੇ ਪਿਤਾ ਬਾਦਲ ਸਾਹਿਬ ਨੇ ਮੈਨੂੰ ਕਿਹਾ ਕਿ ਸੁਖਬੀਰ ਓਨਾ ਹੀ ਵਾਅਦਾ ਪੂਰਾ ਕਰਿਓ ਜਿਹੜਾ ਪੂਰਾ ਕਰ ਸਕੋ, ਜੇ ਤੁਸੀਂ ਵਾਅਦਾ ਕਰ ਦਿੱਤਾ
ਫਿਰ ਭਾਵੇਂ ਸਿਰ ਵੱਢਿਆ ਜਾਏ, ਤੁਸੀਂ ਵਾਅਦਾ ਪੂਰਾ ਕਰਨਾ ਹੀ ਕਰਨਾ ਹੈ। ਹੁਣ ਦੇਖ ਲਓ, ਅਸੀਂ ਤੁਹਾਨੂੰ ਕਿਹਾ, ਬਾਦਲ ਸਾਹਿਬ ਮੇਰੇ ਪਿਤਾ ਨੇ ਵਾਅਦਾ ਕੀਤਾ ਤੁਹਾਡੇ ਟਿਊਬਵੈੱਲਾਂ ਦੇ ਬਿੱਲ ਮਾਫ ਕਰਾਂਗੇ। ਅਸੀਂ ਪਹਿਲੀ ਕੈਬਨਿਟ ਜਦੋਂ ਉਹ ਯਾਦ ਕਰੋ ਕਰ ਦਿੱਤੇ, 6,000 ਕਰੋੜ ਰੁਪਇਆ ਸਾਲ ਦਾ ਤੁਹਾਡਾ ਮਾਫ ਹੁੰਦਾ, 6,000 ਕਰੋੜ ਰੁਪਇਆ। 90,000 ਰੁਪਇਆ ਤੁਹਾਡੇ ਬਿਜਲੀ ਦੇ ਬਿੱਲ ਆਉਣੇ ਸੀ ਟਿਊਬਵੈੱਲ ਦੇ, ਜਿਹੜੇ ਅੱਜ ਤੁਹਾਨੂੰ ਕੋਈ ਨਹੀਂ ਆਉਂਦੇ। ਜੇ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਬਿਜਲੀ ਆਮੋ ਆਮ ਕਰ ਦਾਂਗੇ, ਦੇਖੋ ਇੰਨੇ ਵੱਡੇ ਥਰਮਲ ਪਲਾਂਟ ਲਾ ਕੇ 35,000 ਕਰੋੜ ਰੁਪਏ ਲਾ ਕੇ ਬਿਜਲੀ ਆਮੋ ਆਮ ਕਰ ਦਿੱਤੀ। ਜੇ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਸੜਕਾਂ ਪੰਜਾਬ ਦੀਆਂ ਵੱਡੇ ਸ਼ਹਿਰਾਂ ਨੂੰ ਪੂਰੀਆਂ ਵਧੀਆ ਜੋੜ ਦਾਂਗੇ, ਆਹ ਦੇਖੋ ਕਿਹੋ ਜਿਹੀਆਂ ਸੜਕਾਂ ਬਣਾ ਤੀਆਂ, ਜਿਹੜੇ ਲੋਕ ਆ ਹੁਣ ਲੁਧਿਆਣੇ ਤੋਂ ਚੰਡੀਗੜ੍ਹ ਬਣੀ ਜਾਂਦੀ ਹੈ, ਚੰਡੀਗੜ੍ਹ ਤੋਂ ਤੁਸੀਂ ਬਠਿੰਡੇ ਜਾਣਾ ਅੰਮ੍ਰਿਤਸਰ ਜਾਣਾ, ਚਾਰ ਚਾਰ ਇੰਨੀਆਂ ਬਣਾ ਤੀਆਂ। ਜੇ ਅਸੀਂ ਕਿਹਾ ਗਰੀਬ ਨੂੰ ਅਸੀਂ ਸਸਤਾ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਦੇਵਾਂਗੇ, ਅਸੀਂ ਪਹਿਲੀ ਕੈਬਨਿਟ ਮੀਟਿੰਗ ਫੈਸਲਾ ਕਰਕੇ ਆਟਾ ਦਾਲ ਦੇਣਾ ਸ਼ੁਰੂ ਕਰਤਾ, ਜਿਹੜਾ ਇਹਨਾਂ ਨੇ ਹੁਣ ਬੰਦ ਕਰ ਦਿੱਤਾ। ਆਹ ਜਿਹੜੀ SC ਸਕਾਲਰਸ਼ਿਪ ਹੈ, ਸ਼ਗਨ ਹੈ, ਆਹ ਨੌਜਵਾਨ ਹੁਣ ਖੇਡਾਂ ਦਾ ਸਮਾਨ ਹੈ। ਮੈਂ ਕਹਿੰਦਾ ਕਿੰਨੀਆਂ ਕਿੰਨੀਆਂ ਚੀਜ਼ਾਂ ਬਾਦਲ ਸਾਹਿਬ ਰਾਜ ਦੇ ਵਿੱਚ ਅਸੀਂ ਦਿੰਦੇ ਸੀ, ਸਾਰਾ ਕੁਛ ਬੰਦ ਯਾਰ। ਹੋਰ ਤਾਂ ਹੋਰ ਕਬੱਡੀ ਜਿਹੜੀ ਆਪਣੀ ਖੇਡ ਸੀ, ਨੌਜਵਾਨਾਂ ਨੂੰ ਅਸੀਂ ਕਬੱਡੀ ਦਿਲਾ ਤਾ, ਵਰਲਡ ਕੱਪ ਕਬੱਡੀ ਕਰਾ ਤੀ, ਆਪਣੀ ਪੰਜਾਬ ਦੀ ਖੇਡ ਨੂੰ ਦੁਨੀਆ ਦੇ ਨਕਸ਼ੇ 'ਚ ਪਹੁੰਚਾ ਦਿੱਤਾ। ਅਤੇ ਆਉਣ ਸਰ ਕਹਿੰਦੇ ਕਿ ਜੀ ਆਹ ਕਬੱਡੀ ਤਾਂ ਸੁਖਬੀਰ ਨੇ ਸ਼ੁਰੂ ਕੀਤੀ, ਅਸੀਂ ਨਹੀਂ ਕਰਾਉਣੀ ਹੁਣ। ਆ ਕਬੱਡੀ ਕੋਈ ਸੁਖਬੀਰ ਦੀ ਖੇਡ ਆ, ਆਹ ਤਾਂ ਪੰਜਾਬੀਆਂ ਦੀ ਹੈ। ਡੱਕਾ ਤੋੜਨਾ ਨਹੀਂ, ਝੂਠ ਬੋਲੀ ਜਾਣਾ, ਕੰਮ ਕਰਨਾ ਨਹੀਂ, ਲੋਕਾਂ ਨੂੰ ਮਿਲਣਾ ਨਹੀਂ। ਅੱਜ ਕੋਈ ਵੀ ਮੰਤਰੀ, ਕੋਈ ਵੀ MLA, ਕੋਈ ਵੀ ਕਾਂਗਰਸ ਦਾ ਵਰਕਰ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦਾ। ਬਾਦਲ ਸਾਹਿਬ ਨੂੰ, ਮੈਨੂੰ, ਸਾਡੇ ਮਿਨਿਸਟਰਾਂ ਨੂੰ, ਅਸੀਂ 24 ਘੰਟੇ ਤੁਹਾਡੇ ਵਿੱਚ ਰਹਿੰਦੇ। ਤੁਹਾਨੂੰ ਕੋਈ ਤਕਲੀਫ ਹੋਏ, ਤੁਹਾਨੂੰ ਪਤਾ ਕੀ ਹੈ, ਬਾਦਲ ਸਾਹਿਬ ਨੂੰ ਜਾ ਕੇ ਬਾਂਹ ਫੜ ਸਕਦੇ ਹੋ। ਅਸੀਂ ਤਾਂ ਛੋਟੀ ਤੋਂ ਛੋਟੀ ਗੱਲ ਵੀ ਤੁਹਾਡੀ ਖੁਆਇਸ਼ਾਂ ਪੂਰੀਆਂ ਕੀਤੀਆਂ। ਤੁਸੀਂ ਯਾਦ ਕਰੋ, ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਵੀ ਸ਼ੁਰੂ ਕੀਤੀ, ਜਿੱਥੇ ਆਪਾਂ ਹਜ਼ੂਰ ਸਾਹਿਬ, ਵੈਸ਼ਨੋ ਦੇਵੀ, ਵਾਰਾਣਸੀ, ਸਾਰੇ ਪਵਿੱਤਰ ਸਥਾਨਾਂ 'ਤੇ ਜਿਹੜੇ ਧਰਮ ਦੇ ਲੋਕ ਜਿੱਥੇ ਜਾਣਾ ਚਾਹੁਣ ਸਰਕਾਰੀ ਖਰਚੇ ਅਸੀਂ ਭੇਜਣ ਲੱਗ ਗਏ। ਹੁਣ ਜਿਹੜੀ ਆਹ ਸਰਕਾਰ ਬਣੀ ਹੈ, ਡੱਕਾ ਕੁਛ ਤੋੜ ਕੀਤਾ ਨਹੀਂ, ਹੁਣ ਨਵੀਂ ਸਾਜਿਸ਼ ਕਰਨ ਲੱਗੀ ਹੈ। ਇਹਨਾਂ ਨੇ ਦੇਖ ਲਿਆ ਕਿ ਅਸੀਂ ਫੇਲ ਹੋ ਗਏ ਹਾਂ, ਹੁਣ ਇਹਨਾਂ ਨੇ ਆ ਜਸਟਿਸ ਰਣਜੀਤ ਸਿੰਘ ਕਮਿਸ਼ਨ, ਮੈਂ ਤੋਂ ਪਹਿਲੇ ਗੱਲ ਵੀ ਕੀਤੀ ਹੈ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਹੈਗਾ, ਜਸਟਿਸ ਹੈ ਉਹ ਜੱਜ ਹੈ, ਜਦੋਂ ਹਾਈ ਕੋਰਟ ਦਾ ਜੱਜ ਹੁੰਦਾ ਸੀ ਉਦੋਂ ਕੋਈ ਅਕਾਲੀ ਵਰਕਰ ਦਾ ਕੋਈ ਕੇਸ ਉਹਦੇ ਸਾਹਮਣੇ ਆਉਂਦਾ ਤੇ ਅਕਾਲੀ ਵਰਕਰ ਦਾ ਵਕੀਲ ਖੜਾ ਹੋ ਕੇ ਜੱਜ ਨੂੰ ਕਹਿੰਦਾ ਕਿ ਜਸਟਿਸ ਰਣਜੀਤ ਸਿੰਘ ਜੀ, ਤੁਸੀਂ ਆਹ ਨਹੀਂ ਸੁਣ ਸਕਦੇ ਕਿਉਂਕਿ ਤੁਸੀਂ ਕਾਂਗਰਸੀ ਹੋ ਤੇ ਸਾਡਾ ਕੇਸ ਕਿਸੇ ਹੋਰ ਜੱਜ ਦੇ ਭੇਜੋ। ਆ ਹਰ ਵਕੀਲ ਉਹਦੇ ਮੂੰਹ 'ਤੇ ਕਹਿੰਦਾ ਹੁੰਦਾ ਸੀ। ਤੇ ਉਸੇ ਜਸਟਿਸ ਰਣਜੀਤ ਸਿੰਘ ਨੂੰ ਬਣਾਇਆ, ਕਿਸ ਕਰਕੇ ਬਣਾਇਆ ਕਿ ਆਪਾਂ ਫਿਰ ਤੋਂ ਕਹੀਏ ਕਿ ਬੇਅਦਬੀ ਸਾਰਾ ਕੁਛ ਬਾਦਲ ਸਾਹਿਬ ਨੇ ਕਰਾਇਆ, ਉਹ ਕਾਂਗਰਸ ਕਹਿਣਾ ਚਾਹੁੰਦੀ ਹੈ? ਪੰਜਾਬ ਦੀ ਜਨਤਾ, ਸਿੱਖ ਕੌਮ ਨੂੰ ਪਤਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਜੀਵਨ ਬਾਰੇ, ਬਾਦਲ ਸਾਹਿਬ ਦੇ ਜੀਵਨ ਬਾਰੇ ਸਾਰੀ ਕੌਮ ਜਾਣਦੀ ਹੈ, ਸਾਰੀ ਕੌਮ ਜਾਣਦੀ ਹੈ ਕਿ ਬਾਦਲ ਸਾਹਿਬ ਦੀ ਸੋਚ ਕੀ ਹੈ, ਕਿਵੇਂ ਆਪਣੇ ਬਾਦਲ ਸਾਹਿਬ ਨੇ ਗੁਰੂ ਘਰ ਦੀਆਂ ਸੇਵਾ ਕੀਤੀਆਂ, ਜਿਹਨੇ ਸਿੱਖ ਕੌਮ ਵਾਸਤੇ ਸੇਵਾ ਕੀਤੀ ਹੈ ਬਾਦਲ ਸਾਹਿਬ, ਸਾਰੀ ਕੌਮ ਜਾਣਦੀ ਹੈ ਤੁਹਾਡੇ ਜਸਟਿਸ ਰਣਜੀਤ ਸਿੰਘ ਦੇ ਕਹਿਣ ਨਾਲ। ਸਾਨੂੰ ਨਾ ਪਰਵਾਹ, ਨਾ ਅਸੀਂ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਨੂੰ ਮੰਨਿਆ, ਅਸੀਂ ਐਲਾਨ ਕੀਤਾ ਕਿ ਆਹ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ, ਜੇ ਤੁਸੀਂ ਚਾਹੁੰਦੇ ਹੋ ਅਸੀਂ ਵੀ ਚਾਹੁੰਦੇ ਹਾਂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ, ਫਿਰ ਕੋਈ ਵੀ ਸਿਟਿੰਗ ਜੱਜ ਹੋਏ ਸੁਪਰੀਮ ਕੋਰਟ ਦਾ, ਅਸੀਂ ਉੱਥੇ ਜਾ ਕੇ ਸਾਰੀ ਹਰ ਪਾਰਟੀ ਜਾ ਕੇ ਅੱਗੇ ਹੋਊਗੀ, ਪਰ ਅਸੀਂ ਜਸਟਿਸ ਰਣਜੀਤ ਸਿੰਘ ਬਾਰੇ ਕਾਂਗਰਸੀਆਂ ਦੇ। ਹੁਣ ਇੱਕ ਨਵਾਂ ਜਸਟਿਸ ਮਹਿਤਾਬ ਸਿੰਘ, ਇਹਨੇ ਇੱਕ ਹੋਰ ਬਣਾਇਆ ਕਮਿਸ਼ਨ, ਉਹਦਾ ਪਹਿਲੇ ਕੰਮ ਕੀ ਸੀ ਕਿ ਜਿੰਨੇ ਜਿੰਨੇ ਝੂਠੇ ਕੇਸ ਹੈ, ਕਹਿੰਦੇ ਅਕਾਲੀਆਂ ਨੇ ਬਣਾਏ ਹੈ ਕਾਂਗਰਸੀਆਂ ਦੇ, ਉਹਨਾਂ ਨੂੰ
ਬਰੀ ਕਰਨ ਦਾ। ਸਭ ਤੋਂ ਪਹਿਲੇ ਮਾਫ਼ੀ ਕਿਹਨੂੰ ਦਿੱਤੀ ਉਹਨੇ ਕੇਸ ਦੀ ਰਿਪੋਰਟ? ਆਹ ਜਿਹੜੇ ਜਾਲੀ ਜੇ ਜਥੇਦਾਰ ਬਣੇ ਹੈ, ਜਿਹੜੇ ਪੰਜਾਬ ਦੀ ਧਰਤੀ ਦੇ ਅਮਨ ਸ਼ਾਂਤੀ ਖਰਾਬ ਕਰਨਾ ਚਾਹੁੰਦੇ, ਬਰਗਾੜੀ ਬੈਠੇ ਹੈ, ਜਿਹਨਾਂ ਨੇ ਜਿਹੜਾ ਸਰਬੱਤ ਖਾਲਸਾ ਜਿਹੜਾ ਇਹਨਾਂ ਨੇ ਇਕੱਠ ਕੀਤਾ ਸੀ, ਜਿਹੜਾ ਕਹਿੰਦੇ ਸੀ ਸਰਬੱਤ ਖਾਲਸਾ ਪਰ ਹੈ ਨਹੀਂ ਸੀ ਸਰਬੱਤ ਖਾਲਸਾ, ਉਹਨਾਂ ਦੇ ਜਿਹੜੇ ਉਦੋਂ ਕੇਸ ਬਣੇ ਸੀ, ਸਭ ਤੋਂ ਪਹਿਲੇ ਉਹਨਾਂ ਨੂੰ ਬਰੀ ਕਰਨ ਵਾਸਤੇ। ਆਹ ਸਾਰੇ ਕਿਉਂਕਿ ਆਹ ਸਾਹਮਣੇ ਗੱਲ ਹੈ, ਆਹ ਜਿਹੜੇ ਬਰਗਾੜੀ ਬੈਠੇ ਹੈ, ਤੁਸੀਂ ਦੇਖ ਲਓ ਸਰਕਾਰ ਦੇ ਖਿਲਾਫ਼ ਧਰਨੇ 'ਤੇ ਬੈਠੇ ਹੈ, ਅਤੇ ਸਰਕਾਰ ਨੇ ਉੱਥੇ ਵਧੀਆ ਬਾਥਰੂਮ ਬਣਾ ਕੇ ਦਿੱਤੇ ਉਹਨਾਂ ਨੂੰ, ਵਧੀਆ ਉਹਨਾਂ ਨੂੰ ਬਿਜਲੀ ਦੇ ਕੂਲਰ ਲਾ ਕੇ ਦਿੱਤੇ ਆ, ਸਰਕਾਰੀ ਖਰਚ 'ਤੇ, ਸਰਕਾਰੀ ਖਰਚ 'ਤੇ 24 ਘੰਟੇ ਟਰਾਂਸਫਾਰਮਰ ਲਾਇਆ ਉਹਨਾਂ ਵਾਸਤੇ। ਆਹ ਸਾਰੇ ਰਲੇ ਹੈ, ਆ ਉਹ ਤਾਕਤ ਹੈ ਜਿਹੜੀ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੀ। ਪੰਜਾਬ ਦੀ ਤਰੱਕੀ ਜੇ ਕੋਈ ਚਾਹੁੰਦਾ, ਜੇ ਕੋਈ ਪੰਜਾਬ ਦੀ ਤਰੱਕੀ ਦਾ ਜਿਹਦੇ ਦਿਲ 'ਚ ਦਰਦ ਹੈ, ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਹੈ। ਅੱਜ ਜਿੰਨੀ ਵੀ ਤਰੱਕੀ ਹੋਈ ਹੈ ਪੰਜਾਬ 'ਚ, ਜੋ ਵੀ ਚੀਜ਼ਾਂ ਪੰਜਾਬ 'ਚ ਹੋਈਆਂ, ਤੁਹਾਡੀ ਸਰਕਾਰ ਨੇ ਦਿੱਤੀਆਂ। ਇਸ ਕਰਕੇ ਮੈਂ ਸਾਰਿਆਂ ਨੂੰ ਆਹੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨੂੰ ਪਛਾਣਨ ਦੀ ਲੋੜ ਹੈ। ਆਪਾਂ 10 ਸਾਲ ਪੰਜਾਬ 'ਚ ਤੁਹਾਡੀ ਸਰਕਾਰ ਦੇਖੀ, ਤਰੱਕੀ ਤੁਸੀਂ ਦੇਖੀ, ਜੋ ਤੁਹਾਡੇ ਕੰਮ ਹੁੰਦੇ ਸੀ ਜਨਤਾ ਦਾ ਰਾਜ ਸੀ, ਅੱਜ ਕੋਈ ਜਨਤਾ ਦਾ ਰਾਜ ਨਹੀਂ, ਅੱਜ ਅਫਸਰਸ਼ਾਹੀ ਦਾ ਰਾਜ ਹੈ, ਅੱਜ ਉਹਨਾਂ ਦਾ ਰਾਜ ਆ ਜਿਹਨਾਂ ਨੂੰ ਕੋਈ ਦਰਦ ਤੁਹਾਡੇ 'ਤੇ ਨਹੀਂ। ਅਤੇ ਇਸ ਕਰਕੇ ਜਿੰਨੀ ਛੇਤੀ ਤੋਂ ਛੇਤੀ ਆਪਾਂ ਇਹਨਾਂ ਦਾ ਸਫਾਇਆ ਕਰਾਂਗੇ ਅਤੇ ਆਪਾਂ ਪਛਾਣਾਂਗੇ, ਆਹ ਟੋਪੀ ਵਾਲੇ ਜਿਹੜੇ ਜਿਨ੍ਹਾਂ ਦੀ ਸਾਜਿਸ਼ ਇੱਕੋ ਇੱਕ ਹੈ ਕਿ ਕਾਂਗਰਸ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਸਾਜਿਸ਼ ਹੈ, ਆਪਾਂ ਉਹਨੂੰ ਨਕਾਬ ਕਰੀਏ। ਅਤੇ ਮੈਂ ਸਾਰੀ ਸੰਗਤਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ, ਤੁਸੀਂ 11 ਵਜੇ ਦੇ ਇੱਥੇ ਬੈਠੇ ਹੋ, ਤੁਹਾਡਾ ਦਿਲੋਂ ਧੰਨਵਾਦ, ਫਤਿਹ ਅਰਜ਼ ਕਰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ।